ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਟੀਵੀ ਦੇ ਮਾਧਿਅਮ ਰਾਹੀਂ ਪ੍ਰੋਗਰਾਮ ਪੰਥ ਦੀਆਂ ਸਿੰਘਣੀਆਂ ਲੈ ਕੇ ਮੈਂ ਰਾਜੇਸ਼ਵਰ ਕੌਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਇਸ ਪ੍ਰੋਗਰਾਮ ਰਾਹੀਂ ਅਸੀਂ ਰੂਬਰੂ ਕਰਾਉਂਦੇ ਹਾਂ ਉਹਨਾਂ ਪੰਥ ਦੀਆਂ ਪ੍ਰਸਿੱਧ ਬੀਬੀਆਂ ਜਾਂ ਕਹੀਏ ਸਿੰਘਣੀਆਂ ਤੋਂ, ਜੋ ਵੱਖੋ ਵੱਖ ਕਾਰਜ ਖੇਤਰਾਂ ਵਿੱਚ ਐਸਾ ਕਾਰਜ ਨਿਭਾ ਰਹੀਆਂ ਹਨ, ਐਸੇ ਕਾਰਜਾਂ ਨੂੰ ਸਰੰਜਾਮ ਦੇ ਰਹੀਆਂ ਨੇ, ਜੋ ਕਈ ਵਾਰ ਅਸੀਂ ਹੈਰਾਨ ਹੁੰਦੇ ਹਾਂ ਕਿ ਸ਼ਾਇਦ ਕੋਈ ਮਰਦ ਵੀ ਨਾ ਕਰ ਸਕਦਾ। ਇਸ ਤੋਂ ਪਹਿਲਾਂ ਵੀ ਆਪ ਜੀ ਇਸੇ ਹੀ ਸਟੂਡੀਓ ਤੋਂ ਇਸ ਪ੍ਰੋਗਰਾਮ ਰਾਹੀਂ ਸਿੱਖ ਬੀ ਨੂੰ ਮਿਲੇ ਹੋ। ਰਾਗੀ, ਢਾਡੀ, ਪ੍ਰਚਾਰਕ, ਕਵਿਸ਼ਰੀ ਅਤੇ ਇਸ ਤੋਂ ਇਲਾਵਾ ਵੀ ਸ਼ਸਤਰ ਦੇ ਜੌਹਰ ਵਿਖਾਉਣ ਵਾਲੀਆਂ ਬੀਬੀਆਂ ਜਾਂ ਕਈ ਹੋਰ ਐਸੇ ਖੇਤਰ ਨੇ, ਉਹਨਾਂ ਤੋਂ ਅਸੀਂ ਆਪ ਜੀ ਨੂੰ ਜਾਣੂ ਕਰਵਾਇਆ ਹੈ। ਅੱਜ ਜੋ ਸ਼ਖਸੀਅਤ ਸਾਡੇ ਦਰਮਿਆਨ ਨੇ, ਉਹਨਾਂ ਪੰਥ ਦੇ ਦਾਇਰੇ ਵਿੱਚ ਰਹਿੰਦਿਆਂ, ਗੁਰਸਿੱਖੀ ਸਰੂਪ ਵਿੱਚ ਰਹਿੰਦਿਆਂ, ਗੁਰਮਤ ਨੂੰ ਧਾਰਨ ਕਰਦਿਆਂ, ਜਿੱਥੇ ਉਹ ਪੰਥ ਦੀ ਸੇਵਾ ਨਿਭਾ ਰਹੇ ਨੇ, ਕਾਰਜਸ਼ੀਲ ਨੇ, ਉੱਥੇ ਹੀ ਉਹ ਪੋਲੀਟਿਕਸ ਦਾ ਜਿਹੜਾ ਏਰੀਆ ਹੈ ਜਾਂ ਦਾਇਰਾ ਹੈ, ਉਸ ਵਿੱਚ ਵੀ ਬਾਕਮਾਲ ਕਾਰਜ ਨਿਭਾ ਰਹੇ ਨੇ। ਮੇਰੀ ਮੁਰਾਦ ਹੈ ਬੀਬੀ ਹਰਜਿੰਦਰ ਕੌਰ ਜੀ, ਜੋ ਚੰਡੀਗੜ੍ਹ ਦੇ ਮੇਅਰ ਰਹਿ ਚੁੱਕੇ ਨੇ। ਕਿਸੇ ਬਹੁਤੀ ਜਾਣਕਾਰੀ ਦੇ ਜਾਂ ਤਾਰਫ ਦੇ ਉਹ ਮੁਹਤਾਜ ਨਹੀਂ ਨੇ, ਕਿਉਂਕਿ ਪੰਥ ਖਾਲਸਾ ਉਹਨਾਂ ਨੂੰ ਬਾਖੂਬੀ ਜਾਣਦਾ ਹੈ, ਪਛਾਣਦਾ ਹੈ। ਅਤੇ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਅਤੇ ਉਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਜਾਰੀ ਕਰਾਂਗੇ। ਅਤੇ ਸਭ ਤੋਂ ਪਹਿਲਾਂ ਬੀਬੀ ਹਰਜਿੰਦਰ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਵੈਰੀ ਮੱਚ ਜੋ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਾਡੇ ਸਟੂਡੀਓ ਵਿੱਚ ਆਏ ਹੋ। ਕੁਛ ਵੀ ਕਹਿਣ ਤੋਂ ਪਹਿਲਾਂ ਕਿ ਮੈਂ ਆਪਣੇ ਤੌਰ 'ਤੇ ਕੁਛ ਕਹਾਂ, ਮੈਂ ਚਾਹਾਂਗੀ ਕਿ ਤੁਸੀਂ ਆਪਣਾ ਤਾਰਫ ਆਪਣੇ ਲਫਜ਼ਾਂ ਵਿੱਚ ਸਾਡੀ ਸੰਗਤ ਨੂੰ ਦਿਓ। ਆਪਣੇ ਤਾਰਫ ਦੀ ਗੱਲ ਕਰੀਏ ਤਾਂ ਸੱਚ ਇਹੀ ਹੈ, ਜੋ ਹਮਰੀ ਬਿਧੋਤੀ ਮੇਰੇ ਸਤਿਗੁਰਾ, ਸਾਬਿਤ ਤੁਮ ਹਰ ਜਾਣੋ ਆਪੇ, ਹਮਰੁਲ ਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਵੱਡੀ ਬਖਸ਼ਿਸ਼ ਕਿ ਅੱਜ ਦੇ ਗਲੈਮਰਸ ਵਰਲਡ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਧੀ ਹੋਣ ਦਾ ਮਾਣ ਸਾਨੂੰ ਪ੍ਰਾਪਤ ਹੈ। ਹਰਜਿੰਦਰ ਕੌਰ ਹੋਣ ਦੇ ਨਾਤੇ ਮੈਂ ਬਹੁਤ ਵੱਡਾ ਮਾਣ ਸਮਝਦੀ ਹਾਂ ਕਿ ਮੇਰੀ ਵਿਰਾਸਤ ਇੰਨੀ ਅਮੀਰ ਹੈ ਅਤੇ ਮੇਰੇ ਬਾਪ, ਮੇਰੇ ਪਿਤਾ ਸਾਹਿਬੇ ਕਮਾਲ ਸਰਬੰਸ ਦਾਨੀ ਸੰਸਾਰ ਦੇ ਇਹੋ ਜਿਹੇ ਰਹਿਬਰ ਹਨ ਕਿ ਇਸ ਤੋਂ ਵੱਡਾ ਰੋਲ ਮਾਡਲ ਸੰਸਾਰ 'ਤੇ ਕੋਈ ਨਾ ਪੈਦਾ ਹੋਇਆ ਨਾ ਹੋਣਾ। ਮੈਂ ਹਰਜਿੰਦਰ ਕੌਰ, ਫਾਊਂਡਰ ਪ੍ਰੈਜ਼ੀਡੈਂਟ ਸਿੱਖ ਨਾਰੀ ਮੰਚ, ਜੋ ਕਿ ਇੱਕੋ ਇੱਕ ਨਵੇਕਲੀ ਸਿੱਖ ਬੀਬੀਆਂ ਦੀ ਜਥੇਬੰਦੀ, ਜੋ ਕਿ ਅੱਜ ਕੌਮ ਦੇ ਵਿੱਚ ਜੋ ਅਸੀਂ ਨਿਗਾਰ ਆਇਆ ਵੇਖਦੇ ਹਾਂ, ਇਹ ਜ਼ਿੰਮੇਵਾਰੀ ਚੁੱਕ ਕੇ ਤੁਰੀਆਂ ਕਿ ਸ਼ਾਇਦ ਇਸ ਸਦੀ ਦੀ ਮਾਂ, ਇਸ ਸਦੀ ਦੀ ਗੁਰਸਿੱਖ ਭੈਣ ਆਪਣੀ ਵਿਰਾਸਤ ਦੇ ਖਜ਼ਾਨੇ ਤੋਂ ਅਣਜਾਣ ਰਹੀ, ਅਨਭੋਲ ਰਹੀ, ਅਤੇ ਅੱਜ ਪੰਥ ਬਹੁਤ ਸਾਰੇ ਚੈਲੇਂਜਸ ਨੂੰ ਸਾਹਮਣੇ ਵੇਖ ਰਿਹਾ ਹੈ। ਇਹਨਾਂ ਸਾਰੇ ਚੈਲੇਂਜਸ ਨੂੰ ਝੋਲੀ ਪਵਾ ਕੇ ਇੱਕ ਲਾਮਬੰਦੀ ਸ਼ੁਰੂ ਕੀਤੀ, ਜੋ ਪੰਜਾਬ ਸਟੇਟ, ਨੈਸ਼ਨਲ ਲੈਵਲ ਅਤੇ ਇੰਟਰਨੈਸ਼ਨਲ ਲੈਵਲ ਤੱਕ ਅੱਜ ਪ੍ਰਸਿੱਧੀ ਪ੍ਰਾਪਤ ਕਰ ਚੁੱਕੀ ਹੈ। 2 ਵਰੇ ਪਹਿਲਾਂ ਇੰਗਲੈਂਡ ਦੇ ਸਿੱਖ ਨਾਰੀ ਮੰਚ ਨੂੰ ਕੁਈਨਜ਼ MBA ਅਵਾਰਡ ਨਾਲ ਸਨਮਾਨਿਆ ਗਿਆ, ਅਤੇ ਅੱਜ ਗੁਰਸਿੱਖ ਭੈਣਾਂ ਦੇ ਇਹ ਜਥੇਬੰਦਕ ਢਾਂਚੇ ਇੰਗਲੈਂਡ, ਮਲੇਸ਼ੀਆ, ਕੈਲਕਟਾ, ਵੈਸਟ ਬੰਗਾਲ ਦੇ ਦੂਜੇ ਥਾਂ, ਰਾਜਸਥਾਨ ਅਤੇ ਪੰਜਾਬ ਭਰ ਵਿੱਚ ਆਪੋ ਆਪਣੀ ਥਾਈਂ ਇੱਕ ਸਰਗਰਮ ਭੂਮਿਕਾ ਲੈ ਕੇ ਤੁਰੇ ਹਨ ਕਿ ਕੌਰਾਂ ਦਾ ਇਹ ਕਾਫਲਾ ਸੰਸਾਰ ਦੀ ਨਾਰ ਨੂੰ ਜਿਉਣ ਦੀ ਜਾਚ ਸਿਖਾਏਗਾ। ਇਸ ਦੇ ਨਾਲ ਨਾਲ ਚੰਡੀਗੜ੍ਹ ਦੇ ਵਿੱਚ, ਕਿਉਂਕਿ ਜੋ ਮਿਸ਼ਨ ਮੇਰੇ ਪਾਤਸ਼ਾਹ ਨੇ ਸਾਨੂੰ ਦਿੱਤਾ, ਜੋ ਅਮੀਰ ਵਿਰਾਸਤ ਜੋ ਸਾਨੂੰ ਦਿੱਤੀ, ਉਸ ਨੂੰ ਪ੍ਰਚਾਰਨ ਦੇ ਲਈ, ਉਸ ਨੂੰ ਪਹਿਲਾਂ ਜੀਵਨ 'ਤੇ ਧਾਰਨ ਦੇ ਲਈ ਅਸੀਂ ਇਸ ਮਿਸ਼ਨ ਲਈ ਤੁਰੇ, ਅਤੇ ਰਾਹ ਵਿੱਚ ਆ ਗਈ ਰਾਜਨੀਤੀ। ਕਹਿਣ ਨੂੰ ਤਾਂ ਆਖ ਦਿੱਤਾ ਜਾਂਦਾ ਕਿ ਧਾਰਮਿਕ ਪੰਥ 'ਤੇ ਇਸ ਗੱਲ ਦਾ ਕੋਈ ਮੇਲ ਨਹੀਂ, ਪਰ ਮੇਰੇ ਪਾਤਸ਼ਾਹ ਨੇ ਕਿਹਾ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹਾਂ। ਮੈਨੂੰ ਮਾਣ ਅਤੇ ਖੁਸ਼ੀ ਇਸ ਗੱਲ ਦੀ ਹੈ ਕਿ ਰਾਜਨੀਤੀ ਨੂੰ ਮੈਂ ਆਪ ਨਹੀਂ ਚੁਣਿਆ, ਬਲਕਿ ਪੰਥਕ ਸਫ਼ਾ ਵਿੱਚ ਬੈਠ ਕੇ ਗੁਰਮਤਾ ਕਰਕੇ
ਗੁਰਸਿੱਖਾਂ ਦੀਆਂ ਜਥੇਬੰਦੀਆਂ ਨੇ ਮੈਨੂੰ ਚੰਡੀਗੜ੍ਹ ਵਿੱਚ ਪਹਿਲੀ ਵਾਰ ਇਲੈਕਸ਼ਨ ਲੜਾਈ। ਇਲੈਕਸ਼ਨ ਹੀ ਨਹੀਂ ਲੜਾਈ, 1.25 ਲੱਖ ਸੇ ਏਕ ਲੜਾਓ ਮੇਰੇ ਪਾਤਸ਼ਾਹ ਨੇ ਮੇਰੇ ਜੀਵਨ ਵਿੱਚ ਘਟਾ ਕੇ ਦੱਸ ਦਿੱਤਾ। ਮੈਂ ਅੱਜ 17 ਸਾਲਾਂ ਤੋਂ ਲਗਾਤਾਰ ਚੰਡੀਗੜ੍ਹ ਦੇ ਵਿੱਚ ਇੱਕ ਮਿਊਂਸਪਲ ਕਾਰਪੋਰੇਟਰ ਵੱਲੋਂ ਰੈਪ੍ਰਜੈਂਟ ਕਰ ਰਹੀ ਹਾਂ, ਅਤੇ ਇਹਦੇ ਨਾਲ ਨਾਲ 2 ਵਾਰ ਚੰਡੀਗੜ੍ਹ ਦੀ ਮੇਅਰ ਬਣਨ ਦਾ ਮਾਣ ਮੈਨੂੰ ਸਤਿਗੁਰ ਨੇ ਬਖਸ਼ਿਆ ਹੈ। ਇਹ ਮੇਰੇ ਸਤਿਗੁਰ ਦੀ ਮੇਅਰ ਹੈ ਮੈਂ ਆਖਾਂਗੀ, ਕਿਉਂਕਿ ਯੂ ਨੋ ਲੋਕਤੰਤਰ ਦੇ ਵਿੱਚ ਨੰਬਰ ਗੇਮ ਦਾ ਕੰਮ ਚੱਲਦਾ ਹੈ। ਇੱਕ ਪਾਰਟੀ ਦੀਆਂ 20 ਸੀਟਾਂ ਅਤੇ ਦੂਜੀ ਦੀਆਂ 21 ਹੋਣ ਅਤੇ 21 ਵਾਲਾ ਜੇਤੂ, ਪਰ ਇੱਦਾਂ ਨਹੀਂ ਹੁੰਦਾ ਕਿ ਇੱਕ ਪਾਰਟੀ ਦੀਆਂ 26 ਸੀਟਾਂ ਅਤੇ ਦੂਜੇ ਦੀਆਂ 2, ਇੱਕ ਦੀਆਂ 36 ਸੀਟਾਂ ਅਤੇ ਦੂਜੇ ਦੀਆਂ 2 ਅਤੇ ਉਹ ਜੇਤੂ ਹੋਣ। ਮੈਨੂੰ ਮਾਣ ਮਿਲਿਆ ਕਿ ਮੈਨੂੰ ਸਰਬ ਪ੍ਰਵਾਨਿਕ ਤੌਰ 'ਤੇ ਹੁੰਗਾਰਾ ਵੀ ਮਿਲਿਆ ਅਤੇ 2-2 ਵਾਰ ਐਬਸੋਲਿਊਟ ਮਾਇਨੋਰਿਟੀ ਹੋਣ ਦੇ ਬਾਵਜੂਦ ਮੌਕਾ ਮਿਲਿਆ, ਅਤੇ ਮੌਕਾ ਹੀ ਨਹੀਂ ਮਿਲਿਆ, ਚੰਡੀਗੜ੍ਹ ਦੇ ਇਤਿਹਾਸ ਵਿੱਚ, ਦ ਸਿਟੀ ਬਿਊਟੀਫੁੱਲ ਦੇ ਇਤਿਹਾਸ ਵਿੱਚ ਉਹ ਵਰੇ ਸੁਨਹਿਰੀ ਅੱਖਰਾਂ 'ਚ ਵੀ ਲਿਖੇ ਗਏ, ਕਿਉਂਕਿ ਬਤੌਰ ਮੇਅਰ ਆਫ ਚੰਡੀਗੜ੍ਹ ਮੈਨੂੰ ਆਲ ਇੰਡੀਆ ਮੇਅਰਸ ਫੋਰਮ ਦੀ ਐਗਜੈਕਟਿਵ ਬਣਨ ਦਾ ਮਾਣ ਮਿਲਿਆ। ਫਿਰ ਕਾਮਨਵੈਲਥ ਦੇ ਵਿੱਚ ਵਿਮੈਨ ਐਮਪਾਵਰਮੈਂਟ ਨੂੰ ਫੋਕਸ ਕਰਨ ਦਾ ਸੁਭਾਗ ਮਿਲਿਆ, ਅਤੇ ਵਰਲਡ ਕਾਂਗਰਸ ਆਫ ਲੋਕਲ ਬੋਡੀਜ਼ ਦੇ ਵਿੱਚ ਇੰਡੀਆ ਨੂੰ ਰੈਪ੍ਰਜੈਂਟ ਕਰਨ ਦਾ ਮੌਕਾ ਮਿਲਿਆ ਐਜ਼ ਮੇਅਰ। ਔਰ ਮੈਂ ਸਮਝਦੀ ਹਾਂ ਕਿ ਇਸ ਦੇ ਪਿੱਛੇ ਗੁਰੂ ਸਾਹਿਬ ਦੀ ਦਿੱਤੀ ਹੋਈ ਵਿਰਾਸਤ ਦਾ ਬਹੁਤ ਵੱਡਾ ਰੋਲ ਰਿਹਾ ਹੈ। ਅਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਵੀ ਮੈਂ ਚੰਡੀਗੜ੍ਹ ਸਟੇਟ ਨੂੰ ਰੈਪ੍ਰਜੈਂਟ ਕਰ ਰਹੀ ਹਾਂ, ਅਤੇ ਇਸ ਦੇ ਨਾਲ ਨਾਲ ਪੰਜਾਬ ਕਲਾ ਪਰਿਸ਼ਦ ਦੀ ਚੇਅਰਪਰਸਨ ਵੀ ਹਾਂ। ਕਲਚਰ ਦੇ ਪੰਧ 'ਤੇ ਇੱਕ ਧਾਰਮਿਕ ਬੀਬੀ ਦਾ ਹੋਣਾ ਸਵਾਲ ਖੜ੍ਹਾ ਕਰੇਗਾ ਤੁਹਾਡੇ ਲਈ ਜੀ, ਪਰ ਮੈਂ ਦੁਨੀਆਂ ਨੂੰ ਆਖਦੀ ਹਾਂ, ਸੰਸਾਰ ਦੇ ਵਿੱਚ ਜੇ ਕੋਈ ਸੱਭਿਆਚਾਰ ਪ੍ਰਫੁੱਲਤ ਹੋਇਆ ਤੇ ਕੇਵਲ ਤੇ ਕੇਵਲ ਸਿੱਖ ਸੱਭਿਆਚਾਰ। ਸੱਤ ਸੱਭਿਆਚਾਰ ਨੂੰ ਉਸ ਪਰਪੇਖ ਤੇ ਦੇਖਣਾ ਅੱਜ ਸਮੇਂ ਦੀ ਵੱਡੀ ਲੋੜ ਹੈ। ਵਿਰਾਸਤ ਦੇ ਪਿੜ ਵਿੱਚ ਜਾ ਕੇ ਜਿੱਥੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਦਾ ਇਤਿਹਾਸ ਸੀ, ਤੇ ਜਿੱਥੇ ਪਿੜਾਂ ਵਿੱਚ ਮੇਲੇ ਲੱਗਦੇ ਸੀ ਤੇ ਧੀ ਭੈਣ ਹਮੇਸ਼ਾ ਸੁਰੱਖਿਅਤ ਹੁੰਦੀ ਸੀ, ਅੱਜ ਅਫਸੋਸ ਗੁਰੂ ਪੀਰਾਂ ਦੀ ਇਹ ਧਰਤੀ ਨੇ ਸਾਗ ਤੇ ਮੱਕੀ ਦੀ ਰੋਟੀ ਤੇ ਗਿੱਧੇ ਭੰਗੜੇ ਤੇ ਲੱਚਰਤਾ ਦੀ ਲੋ ਦੇ ਵਿੱਚ ਉਸ ਸੱਭਿਆਚਾਰ ਨੂੰ ਗਵਾ ਦਿੱਤਾ। ਪੰਜਾਬ ਦਾ ਅਮੀਰ ਸੱਭਿਆਚਾਰ ਸੱਚ ਦੀ ਗਵਾਹੀ ਭਰਦਾ ਤੇ ਸ਼ਹਾਦਤਾਂ ਦੇ ਮੇਲੇ ਲਾਉਂਦਾ ਹੈ। ਸੰਸਾਰ ਦੇ ਇਤਿਹਾਸ ਵਿੱਚ ਕੌਮਾਂ ਵੇਖੋ, ਦੇਸ਼ ਵੇਖੋ, ਕਿਤੇ ਨਹੀਂ ਮਿਲੇਗਾ ਸ਼ਹੀਦੀ ਜੋੜ ਮੇਲਾ। ਇਹ ਹੈ ਸਾਡੀ ਵਿਰਾਸਤੀ ਸੱਭਿਆਚਾਰਕ ਅਮੀਰੀ ਦੀ ਨਿਸ਼ਾਨੀ। ਸਮਾਂ ਇਹ ਵੀ ਮੰਗ ਕਰਦਾ ਕਿ ਮੁੜ ਉਹ ਕਵਿਸ਼ਰੀਆਂ ਤੇ ਢਾਡੀ ਵਾਰਾਂ ਗਾਈਏ, ਉਹ ਲੋਰੀਆਂ ਸਮਾਜ ਨੂੰ ਦਈਏ ਜਿਹਦੇ ਨਾਲ ਮਨੁੱਖ ਦਾ ਆਪਾ ਜਾਗ ਕੇ ਉਹਦੇ ਅੰਦਰੋਂ ਸੋਹਣੇ ਮਨੁੱਖ ਦੀ ਬਾਤ ਪਾਵੇ, ਉਹ ਸੋਹਣਾ ਮਨੁੱਖ ਜੋ ਸੰਸਾਰ ਨੂੰ ਮੇਰੇ ਪਾਤਸ਼ਾਹ ਨੇ ਦਿੱਤਾ 1699 ਦੀ ਵਿਸਾਖੀ ਵਿੱਚ ਖਾਲਸਾ ਸਾਜ ਕੇ। ਖਾਲਸਾ ਖਾਸ ਕਹਾਵੇ ਸੋਈ, ਜਾਂ ਕਿ ਹਿਰਦੇ ਭਰਮ ਨਾ ਹੋਵੇ। ਉਹ ਖਾਲਸਾ ਇੱਕ ਨੈਰੋ ਵਾਲ ਵਿੱਚ ਨਹੀਂ ਸੀ ਗੁਰੂ ਘਰ ਦੀ, ਉਹ ਖਾਲਸਾ ਸਰਬੱਤ ਦੇ ਭਲੇ ਲਈ ਸੀ। ਸਵਾਲ ਮੈਂ ਇਹ ਪੁੱਛਣਾ ਚਾਹੂੰਗੀ, ਕਿਉਂਕਿ ਆਪ ਜੀ ਤੋਂ ਇਹ ਸਵਾਲ ਪੁੱਛਣਾ ਕਿ ਆਪ ਜੀ ਨੇ ਪੜ੍ਹਾਈ ਕਿੱਥੋਂ ਕੀਤੀ, ਆਪ ਜੀ ਦਾ ਬੈਕਗ੍ਰਾਊਂਡ ਕੀ ਸੀ। ਜਦ ਇਨਸਾਨ ਕਿਸੇ ਮੁਕਾਮ 'ਤੇ ਪਹੁੰਚਦਾ ਹੈ ਤਾਂ ਫਿਰ ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਇਸ ਮੁਕਾਮ 'ਤੇ ਆ ਕੇ ਹੁਣ ਤੁਸੀਂ ਕੀ ਦੇਖਦੇ ਹੋ ਕਿ ਜੋ ਤੁਸੀਂ ਸਫ਼ਰ ਹੁਣ ਤੱਕ ਦਾ ਕੀਤਾ ਹੈ, ਉਸ ਸਫ਼ਰ ਦੌਰਾਨ ਤੁਸੀਂ ਜਿਤਨੀ ਮਿਹਨਤ ਮੁਸ਼ੱਕਤ ਕੀਤੀ ਹੈ, ਜੋ ਵਿਚਾਰ ਤੁਹਾਡੇ ਖਿਆਲ ਤੁਹਾਡੇ ਮਨ ਵਿੱਚ ਸੀ ਜਾਂ ਜ਼ਿਹਨ ਵਿੱਚ ਸੀਗੇ, ਕੀ ਉਹ ਪਿਕਚਰ ਕਲੀਅਰ ਹੋਈ ਹੈ, ਕੀ ਉਹ ਏਮ ਤੁਹਾਡੇ ਸਾਹਮਣੇ ਆਇਆ ਹੈ ਕਿ ਦਿਸ ਇਜ਼ ਵਾਟ ਆਈ ਵਾਂਟਿਡ ਐਂਡ ਆਈ ਹੈਵ ਅਚੀਵਡ। ਅਚੀਵ ਕਰਨ ਦੀ ਗੱਲ ਜੇ ਮੈਂ ਕਹਾਂ ਤਾਂ ਸੱਚੀ ਮੁੱਚੀ ਇਹ ਕੋਈ ਅਚੀਵਮੈਂਟ ਨਹੀਂ, ਇਹ ਇੱਕ ਭੁੱਖ ਹੈ, ਇੱਕ ਲੋਭ ਹੈ, ਇੱਕ ਲਾਲਚ ਹੈ ਕਿ ਜੀਵਨ ਦੇ ਅੰਤਲੇ ਸਵਾਸ ਤੱਕ ਕਦੇ ਮੈਨੂੰ ਗੁਰੂ ਸਾਹਿਬ ਦੀ ਕੌਰ ਧੀ ਹੋਣ ਦਾ ਮਾਣ ਪ੍ਰਾਪਤ ਹੋ ਜਾਏ, ਕਈ ਜਨਮ ਇਸ ਜਨਮ ਤੋਂ ਕੁਰਬਾਨ। ਬਸ ਇਹ ਇੱਕ ਯਤਨ ਹੈ, ਅਤੇ ਇਸ ਯਤਨ ਦੇ ਨਾਲ ਆਲੇ ਦੁਆਲੇ 'ਚ ਪਸਰ ਕੇ ਇਹ ਗੱਲ ਕਰਨ ਦਾ ਚਾਅ ਹੈ, ਕਿਉਂਕਿ ਮੈਂ ਗੱਲ ਜਿੱਥੋਂ ਸ਼ੁਰੂ ਕੀਤੀ ਕਿ ਅੱਜ ਜਿਹੜਾ ਸੰਤਾਪ ਅੱਜ ਦਾ ਸਮਾਜ ਭੋਗ ਰਿਹਾ, ਅਤੇ ਅੱਜ ਦੀ ਸੰਸਾਰ ਦੀ ਨਾਰ ਜਿੱਥੇ ਖੜੀ ਹੈ, ਬੇਸ਼ੱਕ ਵੈਸਟਰਨ ਵਰਲਡ ਦੇ ਵਿੱਚ ਲਿਬਰੇਸ਼ਨ ਮੂਵਮੈਂਟ ਚੱਲਣ ਤੋਂ ਬਾਅਦ ਅੱਜ ਹਾਲਾਤ ਕਿੱਥੇ ਪਹੁੰਚੇ, ਸਾਡੇ ਲਈ ਤੇ ਮਾਣ ਦੀ ਇਹ ਗੱਲ ਸੀ ਕਿ 15ਵੀਂ ਸਦੀ ਵਿੱਚ ਜੋ ਮਾਣ ਗੁਰੂ ਸਾਹਿਬ ਨੇ ਸਾਨੂੰ ਦਿੱਤਾ, ਉਹ ਮਾਣ ਕੀ ਅਸੀਂ ਆਪਣੇ ਜੀਵਨ 'ਚ ਹੰਢਾ ਪਾਏ ਜਾਂ ਨਹੀਂ ਹੰਢਾ ਪਾਏ, ਅਤੇ ਬਸ ਇਸੇ ਤਕਲੀਫ ਵਿੱਚ ਇਹ ਸਫ਼ਰ ਸ਼ੁਰੂ ਕੀਤਾ। ਸਿੱਖ ਨਾਰੀ ਮੰਚ ਆਪਣੇ ਆਪ ਵਿੱਚ ਸੰਸਥਾ ਨਾ ਹੋ ਕੇ ਕਦੇ ਸਿੱਖ ਮਿਸ਼ਨਰੀ ਕਾਲਜ,
ਦੇ ਨਾਲ, ਕਦੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਨਾਲ, ਕਦੇ ਸਟੱਡੀ ਸਰਕਲ ਦੇ ਨਾਲ, ਅਸੀਂ ਸਭ ਦੇ ਨਾਲ ਮਿਲ ਕੇ ਕੇਵਲ ਅਤੇ ਕੇਵਲ ਇੱਕੋ ਹੀ ਭੁੱਖ ਪਾਲਦੇ ਹਾਂ ਕਿ ਜੇ ਸਾਡਾ ਜਨਮ ਸਿੱਖ ਘਰ ਵਿੱਚ ਹੋ ਗਿਆ ਤਾਂ ਆਓ ਸਿੱਖ ਪਰਿਵਾਰਾਂ ਨਾਲ ਇਹ ਸਾਂਝ ਪਾਈਏ, ਸਾਨੂੰ ਸਿਰਾਂ ਦੇ ਮੁੱਲ ਨਹੀਂ ਦੇਣੇ ਪਏ। ਇਹ ਖਜ਼ਾਨਾ ਜੋ ਸਤਿਗੁਰ ਨੇ ਸਾਨੂੰ ਵਿਰਾਸਤ ਵਿੱਚ ਦਿੱਤਾ, ਕੀ ਅਸੀਂ ਇਸ ਨੂੰ ਆਪਣੇ ਜੀਵਨ ਵਿੱਚ, ਆਪਣੇ ਪਰਿਵਾਰ ਵਿੱਚ ਹੰਢਾ ਰਹੇ ਹਾਂ? ਜੇ ਹੰਢਾ ਰਹੇ ਹਾਂ ਤਾਂ ਫਿਰ ਮੇਰੇ ਪਾਤਸ਼ਾਹ ਦਾ ਸਵਾਲ ਅੱਜ ਜਿਹੜਾ ਖੜ੍ਹਾ ਹੈ, ਇਨ ਪੁੱਤਰਮ ਕੇ ਸੀਸ ਪਰਿਵਾਰ ਦੀਏ ਸੁਤ ਚਾਰ ਚਾਰ ਮੂਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ ਸਾਡੇ ਘਰਾਂ ਵਿੱਚ ਕਿਉਂ ਨਹੀਂ ਖੇਡ ਰਹੇ? ਇੱਥੇ ਮੈਂ ਆਪ ਜੀ ਨੂੰ ਇਹੀ ਸਵਾਲ ਪੁੱਛਣਾ ਚਾਹੂੰਗੀ ਕਿ ਸਾਡੇ ਕੋਲ ਇੰਨਾ ਅਮੀਰ ਵਿਰਸਾ ਹੈ, ਸਾਡਾ ਇਤਿਹਾਸ ਹੈ, ਸ਼ਹੀਦੀਆਂ ਨੇ, ਗੁਰੂ ਸਾਹਿਬ ਦੇ ਜੀਵਨ ਨੇ, ਦਸਾਂ ਪਾਤਸ਼ਾਹੀਆਂ ਦੀ ਜੋਤ, ਜਾਗਤ ਜੋਤ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਸਾਨੂੰ ਹਾਸਲ ਹੈ। ਕੀ ਉਹ ਵਜ੍ਹਾ ਹੈ ਕਿ ਅੱਜ ਵੀ ਖਾਸ ਕਰਕੇ ਪੰਜਾਬ ਵਿੱਚ ਪਤਿਤ ਪੁਣਾ ਕਹਿ ਲਈਏ ਜਾਂ ਨਸ਼ੇ ਕਹਿ ਲਈਏ ਜਾਂ ਹੋਰ ਜਿਸ ਪਾਸੇ ਸਾਡੇ ਅੱਜ ਦੀ ਨਵੀਂ ਜਨਰੇਸ਼ਨ ਤੁਰੀ ਹੋਈ ਹੈ, ਵਾਟ ਯੂ ਥਿੰਕ ਇਜ਼ ਦ ਰੀਜ਼ਨ ਬਿਹਾਈਂਡ ਕਿ ਅਸੀਂ ਇਸ ਚੀਜ਼ ਨੂੰ ਕੰਟਰੋਲ ਕਿਉਂ ਨਹੀਂ ਕਰ ਪਾ ਰਹੇ? ਤੁਸੀਂ ਸੁਣਿਆ ਹੋਏਗਾ, ਕਹਿੰਦੇ ਨੇ ਨਾ, ਜਿੰਨਾ ਨੇੜੇ ਓਨਾ ਦੂਰ। ਜੀ, ਇਹ ਦੀਵੇ ਥੱਲੇ ਹਨੇਰੇ ਵਾਲੀ ਗੱਲ ਹੈ ਕਿ ਅਸੀਂ ਅਸਲ ਦੇ ਵਿੱਚ ਗੁਰਬਾਣੀ ਪੜ੍ਹਦੇ ਹਾਂ ਪਰ ਗੁਰੂ ਨਾਨਕ ਸਾਹਿਬ ਨੇ ਜਿਸ ਭਰਮ ਭੁਲੇਖੇ 'ਚੋਂ ਸਾਨੂੰ ਕੱਢਿਆ ਸੀ, ਅੱਜ ਅਸੀਂ ਉੱਥੇ ਫਸੇ ਹੋਏ ਹਾਂ। ਅਸੀਂ ਗੁਰਬਾਣੀ ਪਾਠ ਨੂੰ ਮੰਤਰ ਜਾਪ ਕਰ ਲਿਆ, ਅਸੀਂ ਇਸ ਨੂੰ ਜੀਵਨ ਜਾਂਚ ਨਹੀਂ ਬਣਾਇਆ। ਜਦਕਿ ਗੁਰਸਿੱਖੀ ਜੀਵਨ ਜਾਂਚ ਜੋ ਸਾਨੂੰ ਮਿਲੀ ਸੀ, ਜਿੱਥੇ ਪੂਰਾ ਇਤਿਹਾਸ ਗਵਾਹ ਹੈ, ਦਸਾਂ ਜਾਮਿਆਂ 'ਚ ਗੁਰੂ ਸਾਹਿਬ ਅਤੇ ਗੁਰੂ ਸਾਹਿਬਾਂ ਤੋਂ ਬਾਅਦ ਗੁਰੂ ਸਾਹਿਬ ਦੇ ਸਿੱਖ, ਅੱਜ ਅਰਦਾਸ ਵਿੱਚ ਵੀ ਜਦੋਂ ਇਹ ਬੰਦ ਪੜ੍ਹਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਸਿੰਘ ਕੀ ਸਿੰਘਣੀਆਂ ਕੀ, ਚਾਹੇ ਬੱਚਿਆਂ ਦੇ ਟੋਟੇ ਝੋਲੀਆਂ 'ਚ ਪਏ ਨੇ ਪਰ ਜਪਜੀ ਸਾਹਿਬ ਦੀ ਪਹਿਲੀ ਪੌੜੀ ਉਹਨਾਂ ਨੇ ਨਹੀਂ ਵਸਾਰੀ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਅਤੇ ਉਹਨਾਂ ਨੇ ਇਹੀ ਆਖ ਦਿੱਤਾ, ਤੇਰੇ ਭਾਣੇ 'ਚ ਦਿਨ ਸੁੱਖ ਦਾ ਬਤੀਤ ਹੋਇਆ। ਅੱਜ ਕੀ ਅਸੀਂ ਗੁਰਸਿੱਖ ਹੁੰਦਿਆਂ ਕੰਪੇਅਰ ਕਰ ਸਕਦੇ ਹਾਂ ਆਪਣੇ ਆਪ ਨੂੰ ਉਹ ਗੁਰਸਿੱਖਾਂ ਦੇ ਇਤਿਹਾਸਿਕ ਜੀਵਨ ਦੇ ਨਾਲ? ਤੇ ਬਸ ਗੱਲ ਇੱਥੇ ਹੀ ਮੁੱਕਦੀ ਹੈ ਕਿ ਗੱਲੀ ਅਸੀਂ ਚੰਗੇ ਹਾਂ, ਆਚਾਰੀ ਬੁਰੇ ਹਾਂ, ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਇੱਥੇ ਹੈ ਕਿ ਗੁਰੂ ਸਾਹਿਬ ਤੇ ਕਹਿੰਦੇ ਨੇ, ਇਹ ਬਾਣੀ ਜੋ ਜੀਹੋਂ ਜਾਣੇ ਤਿਸ ਅੰਤਰ ਰਵੇ ਹਰਨਾਮਾ। ਬਖਸ਼ਿਸ਼ ਤੋਂ ਅਸੀਂ ਖੁੰਝ ਗਏ ਹਾਂ ਤੇ ਮੇਰੇ ਪਾਤਸ਼ਾਹ ਨੇ ਕੀ ਕਿਹਾ ਸੀ ਖਾਲਸਾ ਸਾਜ ਕੇ? ਜਦੋਂ ਗੁਰੂ ਸਾਹਿਬ ਨੇ ਆਪਣਾ ਸਭ ਕੁਛ ਆਪਣੇ ਖਾਲਸੇ ਨੂੰ ਦੇ ਦਿੱਤਾ ਸਰਬੰਸ ਵਾਰ ਕੇ, ਪਰ ਨਾਲ ਇਹ ਚੁਣੌਤੀ ਦੇ ਦਿੱਤੀ ਸੀ ਨਾ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀ। ਬਸ ਇਹ ਸਾਡੇ ਸਾਰਿਆਂ ਲਈ ਸਵਾਲ ਵੀ ਹੈ ਤੇ ਜਵਾਬ ਵੀ। ਮੈਂ ਗੱਲ ਕਰ ਰਹੀ ਸਾਂ ਕਿ ਸਾਡਾ ਸਭ ਤੋਂ ਪਹਿਲਾਂ ਜਿਹੜਾ ਲਰਨਿੰਗ ਪ੍ਰੋਸੈਸ ਸ਼ੁਰੂ ਹੁੰਦਾ ਹੈ ਉਹ ਸਾਡੇ ਘਰ ਤੋਂ ਸ਼ੁਰੂ ਹੁੰਦਾ ਹੈ। ਪੇਰੈਂਟਸ ਜਿਹੜੇ ਹੁੰਦੇ ਨੇ ਉਹ ਸਾਡੇ ਪਹਿਲੇ ਟੀਚਰ ਹੁੰਦੇ ਨੇ, ਉਹਨਾਂ ਤੋਂ ਅਸੀਂ ਬੱਚਾ ਉਹ ਕਰਦਾ ਹੈ ਜੋ ਉਹ ਵਿਚਾਰਦਾ, ਔਰ ਵਿਚਾਰਦਾ ਨਹੀਂ ਜੋ ਦੇਖਦਾ ਹੈ, ਜਿੱਦਾਂ ਦੇ ਮਾਹੌਲ 'ਚ ਵਿਚਰਦਾ ਹੈ ਉਹਨੂੰ ਉੱਦਾਂ ਦੇ ਸੰਸਕਾਰ ਮਿਲਣ ਲੱਗ ਪੈਂਦੇ ਨੇ। ਆਪ ਜੀ ਨਾਲ ਕੁਛ ਐਸਾ ਹੀ ਹੋਇਆ? ਐਗਜੈਕਟਲੀ, ਇਟਸ ਏ ਕਾਮਨ ਸੇਇੰਗ, ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ। ਐਗਜੈਕਟਲੀ, ਔਰ ਸਾਨੂੰ ਗੁਰੂ ਸ਼ਬਦ ਵੀ ਇਹੀ ਸਿਖਾ ਰਿਹਾ ਹੈ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਵਾ। ਮੈਨੂੰ ਲੱਗਦਾ ਕਿ ਜਦੋਂ ਹੋਸ਼ ਸੰਭਾਲੀ ਤੇ ਮੈਨੂੰ ਯਾਦ ਆਇਆ ਕਿ ਮੇਰੀ ਮਾਂ ਇੱਕ ਬਹੁਤ ਥੋੜ੍ਹਾ ਪੜ੍ਹੀ ਹੋਈ ਔਰਤ, ਇੱਕ ਲੋਅਰ ਮਿਡਲ ਕਲਾਸ ਫੈਮਿਲੀ ਦੀ ਔਰਤ, ਪਰ ਉਹਦਾ ਅੰਮ੍ਰਿਤ ਵੇਲੇ ਨਾਲ ਇਹੋ ਜਿਹਾ ਗੂੜਾ ਸੰਬੰਧ ਸੀ ਕਿ ਜਦੋਂ ਤੱਕ ਸਾਰੇ ਘਰ ਦੇ ਉੱਠਣ ਤੇ ਉਹ ਆਪਣਾ ਸਾਰਾ ਕਿਰਿਆ ਗੁਰੂ ਘਰ ਦੇ ਨਿਭਾ ਚੁੱਕੇ ਹੁੰਦੇ ਸੀ, ਤੇ ਜਦੋਂ ਹੀ ਮੈਨੂੰ ਹੋਸ਼ ਸੰਭਾਲੀ, ਪਹਿਲਾਂ ਤਾਂ ਮੈਂ ਇਹ ਆਖਦੀ ਹਾਂ ਕਿ ਮੈਂ ਆਪਣਾ ਜਨਮ ਹੀ ਉਦੋਂ ਹੋਇਆ ਸਮਝਦੀ ਹਾਂ ਜਦੋਂ ਗੁਰਸੰਗਤ ਵਿੱਚ ਮੈਨੂੰ ਜਾਗ ਲੱਗ ਕੇ ਮੈਂ ਗੁਰੂ ਵਾਲੀ ਬਣ ਪਾਈ ਹਾਂ। ਦੂਸਰਾ, ਮਾਂ ਬਣਨ ਤੋਂ ਪਹਿਲਾਂ ਜਦੋਂ ਮਾਂ ਦੀ ਯਾਦ ਆਈ ਤੇ ਅੰਦਰ ਇਹ ਭੁੱਖ ਜਾਗੀ ਕਿ ਮੇਰੇ ਬੱਚੇ ਗੁਰੂ ਘਰ ਵੱਲ ਮੂੰਹ ਕਰ ਸਕਣ, ਤੇ ਇਹ ਸਮਝ ਆ ਗਈ ਕਿ ਜੇ ਮਾਂ ਦਾ ਜੀਵਨ ਇਹੋ ਜਿਹਾ ਹੋਏਗਾ ਤੇ ਮੈਂ ਆਪਣਾ ਫੈਮਿਲੀ ਲਾਈਫ ਨੂੰ ਸ਼ੁਰੂ ਕੀਤਾ, ਲੋਕ ਕਰਦੇ ਨੇ ਕਿੱਟੀਜ਼ ਨਾਲ, ਗਲੈਮਰ ਵਰਡ ਦੇ ਨਾਲ, ਤੇ ਮੈਂ ਸ਼ੁਰੂ ਕੀਤਾ ਸਿੱਖ ਮਿਸ਼ਨਰੀ ਕਾਲਜ ਦੀਆਂ ਸਮਰ ਕਲਾਸਿਸ ਦੇ ਨਾਲ। ਉਹ ਕਲਾਸਿਸ ਨੇ ਇਹੋ ਜਿਹਾ ਰੰਗ ਲਾਇਆ ਕਿ ਹਰ ਸਾਲ ਅੱਗੇ ਤੇ ਅਸੀਂ ਜਾਂਦੇ ਸੀ ਹੋਲੀਡੇ ਲਈ ਬੜੀ ਦੂਰ ਦੂਰ ਤੱਕ, ਤੇ ਫਿਰ ਉਹ ਹੋਲੀਡੇ ਤੋਂ ਕਿਤੇ ਵੱਧ ਮਜ਼ਾ ਆਉਣ ਲੱਗਾ, ਆਨੰਦ ਆਉਣ ਲੱਗਾ ਉਹਨਾਂ ਕਲਾਸਿਸ ਵਿੱਚ। ਬੱਚਿਆਂ ਦੇ ਨਾਲ ਮੈਂ ਗੁਰਮਤਿ ਕਲਾਸ ਵਿੱਚ ਗਈ ਤੇ ਸਮਝ ਆਈ ਕਿ ਇਹ ਕਲਾਸ ਦੀ ਤੇ ਮੈਨੂੰ ਉਸ ਤੋਂ ਜ਼ਿਆਦਾ ਲੋੜ ਹੈ। ਬਸ ਬੱਚਿਆਂ ਦੇ ਨਾਲ ਉਹ ਉੱਥੇ ਇੱਕ ਇਹੋ ਜਿਹਾ ਸਾਥ ਮਿਲਿਆ, ਇੱਕ ਪੰਥਕ ਪਰਿਵਾਰ ਮਿਲਿਆ ਕਿ ਹੌਲੀ ਹੌਲੀ ਇਹ ਕਾਫਲਾ ਇੰਨਾ ਵੱਡਾ ਹੋ ਗਿਆ, ਤੇ ਮੈਨੂੰ ਲੱਗਿਆ ਮਾਂ ਜੋ ਗੁਰੂ ਸਾਹਿਬ ਨੇ ਬਖਸ਼ੀ ਹੈ, ਇਹ ਕਿਹਾ ਕਿ ਮਾਤਾ ਧਰਤ ਮਹਤ ਮਤ ਮਾਤਾ ਸੰਤੋਖ ਪਿਤਾ, ਮਾਂ ਦਾ ਇਹ ਰੋਲ ਹੋਣਾ ਚਾਹੀਦਾ ਸਹਿਜੇ। ਬਸ ਕੁਛ ਇਹੋ ਜਿਹਾ ਸਭ ਕੁਛ ਹੋ ਗਿਆ, ਆਲੇ ਦੁਆਲੇ ਪਰਿਵਾਰ ਵੱਡਾ ਹੋ ਗਿਆ,
ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ, ਧੀ ਘਰ ਦਾ ਧਰਮ ਹੁੰਦੀ ਹੈ, ਨੂੰਹ ਘਰ ਦਾ ਨੀਂਹ ਹੁੰਦੀ ਹੈ, ਪਰ ਨੀਂਹ ਹੁੰਦਿਆਂ ਬੜੇ ਸਾਰੇ ਚੈਲੇਂਜਸ ਹੁੰਦੇ ਨੇ। ਪਰ ਇੱਕ ਸੌਖਾ ਤਰੀਕਾ ਹੈ ਕਿ ਗੁਰੂ ਨਾਲ ਪਿਆਰ ਕਰਕੇ, ਗੁਰੂ ਦੀ ਗੱਲ ਕਰਦਿਆਂ, ਗੁਰਸੰਗਤ ਨਾਲ ਸਾਂਝ ਪਾ ਕੇ ਇਹ ਬੈਰੀਅਰਸ ਆਪਣੇ ਆਪ ਹੌਲੀ ਹੌਲੀ ਫਲੈਕਸੀਬਲ ਹੋ ਜਾਂਦੇ ਨੇ, ਜੋ ਮੇਰੇ ਜੀਵਨ ਵਿੱਚ ਹੰਡਾਇਆ ਮੈਂ। ਸੋ ਮੈਂ ਇੱਥੇ ਇੱਕ ਸਵਾਲ ਪੁੱਛਣਾ ਚਾਹੂੰਗੀ ਕਿ ਇਤਨੇ ਰਿਲੀਜੀਅਸ ਐਟਮੋਸਫੇਅਰ 'ਚ ਹੁੰਦਿਆਂ ਤੁਸੀਂ ਪੋਲੀਟੀਸ਼ੀਅਨ ਬਣ ਗਏ, ਹਾਊ ਡੂ ਯੂ ਰਿਲੇਟ ਧਰਮ ਔਰ ਪੋਲਿਟਿਕਸ? ਇਟਸ ਏ ਵੰਡਰਫੁਲ ਕੁਐਸਚਨ। ਮੇਰੇ ਜੀਵਨ ਵਿੱਚ ਇਹ ਵੀ ਉਦਾਂ ਹੀ ਘਟਿਆ ਗੁਰਮਤੇ ਵਾਂਗੂ, ਜੋ ਸਿੱਖ ਪੰਥ ਦਾ ਇੱਕ ਰਵਾਇਤ ਸੀ, ਖਾਲਸਾ ਪੰਥ 6 ਮਹੀਨੇ ਬਾਅਦ ਸਜਦਾ ਸੀ ਤੇ ਹਰ ਮੁੱਦੇ ਤੇ ਗੁਰਮਤੇ ਕਰਕੇ ਫੈਸਲੇ ਲੈਂਦਾ ਸੀ। ਮੈਂ ਵੀ ਪੋਲੀਟੀਕਲੀ ਰਿਲੈਕਟੈਂਟ ਸੀ ਜਦੋਂ ਪਹਿਲੀ ਵਾਰ ਚੰਡੀਗੜ੍ਹ ਦੀ ਕਾਰਪੋਰੇਸ਼ਨ ਬਣੀ, ਦਾ ਸਿਟੀ ਬਿਊਟੀਫੁਲ, ਔਰ ਮੇਰਾ ਏਰੀਆ ਰਿਜ਼ਰਵ ਹੋਇਆ ਵਿਮੈਨ ਦੇ ਲਈ। ਐਂਡ ਆਈ ਸੈਡ ਨੋ, ਮੈਂ ਜ਼ਿੰਦਗੀ 'ਚ ਇੱਕ ਮਿਸ਼ਨਰੀ ਬਣਨਾ, ਇੱਕ ਪ੍ਰੀਚਰ ਬਣਨਾ, ਮੇਰਾ ਇਹੀ ਅਕੀਦਾ ਸੀ। ਪੋਲੀਟਿਕਸ ਨਾਲ ਦੂਰ ਦੂਰ ਦਾ ਮੇਰਾ ਵਾਸਤਾ ਨਹੀਂ ਸੀ ਅਤੇ ਮੈਨੂੰ ਪਸੰਦ ਨਹੀਂ, ਮੈਂ ਸਮਝਦੀ ਸੀ ਸ਼ਾਇਦ ਇਹ ਝੂਠੇ ਲੋਕਾਂ ਦੀ ਦੁਨੀਆ ਹੈ। ਐਗਜੈਕਟਲੀ, ਕਿਉਂਕਿ ਇੱਥੇ ਮੈਂ ਇਹ ਜ਼ਰੂਰ ਕਿ ਜਿਹੜੀ ਤੁਸੀਂ ਕਿ ਇਹ ਝੂਠੇ ਲੋਕਾਂ ਦਾ ਦਾਇਰਾ ਹੈ ਜਾਂ ਪੋਲੀਟਿਕਸ ਇਜ਼ ਨੋਟ ਓਨਲੀ ਯੋਰਸ, ਖਾਸ ਕਰਕੇ ਸਾਡੇ ਸੋਸਾਇਟੀ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਇਹ ਫੀਲਡ ਔਰਤਾਂ ਲਈ ਨਹੀਂ ਹੈ, ਬਹੁਤ ਟਾਈਮ ਮੰਗਦਾ ਹੈ ਐਂਡ ਅ ਡਿਫਰੈਂਟ ਟਾਈਪ ਆਫ ਥਿੰਕਿੰਗ। ਤੁਹਾਡਾ ਆਈ ਕਿਊ ਲੈਵਲ, ਤੁਹਾਡਾ ਥੋਟ ਪ੍ਰੋਸੈਸ ਜਿਹੜਾ ਹੈ ਉਹ ਡਿਫਰੈਂਟ। ਆਮ ਤੇ ਜਿਹੜੀਆਂ ਗ੍ਰਹਿਣੀਆਂ ਨੇ ਜਾਂ ਜਿਹੜੀਆਂ ਹਾਊਸ ਵਾਈਫਸ ਨੇ, ਉਹਨਾਂ ਨੂੰ ਤੇ ਮੇਰਾ ਖਿਆਲ ਮੋਰ ਦੈਨ 60% ਨੂੰ ਤੇ ਇਹ ਪਤਾ ਹੀ ਨਹੀਂ ਹੋਣਾ ਕਿ ਵਟਸ ਹੈਪਨਿੰਗ ਇਨ ਪੋਲਿਟਿਕਸ। ਸੋ ਹਾਊ ਡੂ ਯੂ ਰਿਲੇਟ? ਐਗਜੈਕਟਲੀ, ਮੇਰੇ ਜੀਵਨ ਵਿੱਚ ਇਹ ਵੀ ਕਮਾਲ ਹੋਇਆ ਕਿ ਮੈਂ ਨਾ ਕਰਕੇ ਉਸ ਸਭਾ ਵਿੱਚੋਂ ਨਿਕਲ ਗਈ ਕਿ ਮੈਂ ਇਹ ਵਿਸ਼ਾ ਨਹੀਂ ਲੈਣਾ, ਇਹ ਮੇਰਾ ਫੀਲਡ ਨਹੀਂ ਹੈ। ਪਰ ਸਾਰੀ ਸੰਗਤ ਨੇ ਗੁਰਮਤਾ ਕਰਕੇ ਮੈਨੂੰ ਹੁਕਮ ਲਾ ਦਿੱਤਾ ਕਿ ਇਹ ਇਲੈਕਸ਼ਨ ਤੁਸੀਂ ਲੜੋਗੇ, ਔਰ ਮੇਰੇ ਫਾਦਰ ਇਨ ਲਾ, ਘਰਾਂ 'ਚੋਂ ਜਿੱਥੇ ਬੈਰੀਅਰਸ ਹੁੰਦੇ ਨੇ, ਮੇਰੇ ਪਾਪਾ ਜੀ ਨੇ ਮੈਨੂੰ ਇਹ ਗੱਲ ਕਹਿ ਦਿੱਤੀ ਕਿ ਸੇਵਾ ਕਰਕੇ ਇਸ ਨੂੰ ਅਡੋਪਟ ਕਰ ਲਓ। ਔਰ ਮੈਂ ਸੱਚੀ ਮੁੱਚੀ ਸੇਵਾ ਕਰਕੇ ਹੀ ਐਂਟਰ ਕੀਤਾ, ਜੋ ਕਿਉਂਕਿ ਮੇਰੇ ਘਰ ਦੇ ਵੱਡਿਆਂ ਦਾ ਹੁਕਮ ਸੀ। ਅਤੇ ਇਲੈਕਸ਼ਨ ਜਿੱਤੀ ਇੰਨੇ ਪਿਆਰ ਨਾਲ, ਸੰਗਤੀ ਰੂਪ ਵਿੱਚ ਕੋਈ ਉਹ ਤਰੀਕਾ ਨਹੀਂ ਅਪਣਾਇਆ ਜੋ ਦੁਨੀਆ ਅਪਣਾਉਂਦੀ ਇਲੈਕਸ਼ਨ ਜਿੱਤਣ ਲਈ, ਸਿਰਫ ਪਿਆਰ ਅਤੇ ਇਸ਼ੂ ਸਾਂਝਾ ਕੀਤਾ, ਲੋਕਾਂ ਦਾ ਦੁੱਖ ਦਰਦ ਸਾਂਝਾ ਕੀਤਾ ਅਤੇ ਆਪਣੇ ਲਈ ਏਜੰਡਾ ਬਣਾਇਆ ਕਿ ਕੰਮ ਮੈਂ ਕਰ ਸਕਦੀ ਹਾਂ ਇਹਨਾਂ ਲੋਕਾਂ ਲਈ ਜਿਹੜੇ ਮੈਨੂੰ ਅੱਜ ਮੇਰੇ 'ਤੇ ਭਰੋਸਾ ਕਰ ਰਹੇ ਨੇ। ਔਰ ਇੰਨਾ ਖੂਬਸੂਰਤ ਸਭ ਕੁਛ ਵਿੱਚੋਂ ਨਿਕਲਿਆ ਕਿ ਇਲੈਕਸ਼ਨ ਤਾਂ ਮੈਂ ਜਿੱਤੀ ਸੋ ਜਿੱਤੀ, ਪਰ ਉਹਦੇ ਨਾਲ ਨਾਲ ਇੱਕ ਚੀਜ਼ ਮੈਂ ਆਪਣੀ ਫੈਮਿਲੀ ਤੋਂ ਕਮਿਟਮੈਂਟ ਲਈ ਕਿ ਇਸ ਤੋਂ ਬਾਅਦ ਮੇਰਾ ਜੀਵਨ ਇਹਨਾਂ ਲੋਕਾਂ ਦਾ ਹੋਏਗਾ ਜਿਹਨਾਂ ਨੇ ਮੈਨੂੰ ਵੋਟਾਂ ਦਿੱਤੀਆਂ ਨੇ। ਔਰ ਇਹਨਾਂ ਲੋਕਾਂ ਲਈ ਮੈਂ ਕੀ ਕਰਨਾ, ਮੈਂ ਸਿੱਖ ਨਾਰੀ ਮੰਚ ਦੇ ਪਲੈਟਫਾਰਮ 'ਤੇ ਪਿੰਡ ਪਿੰਡ ਦੂਰ ਦੁਰਾਡੇ ਤੁਰ ਪਈ, ਉੱਥੇ ਵੀ ਤੁਰੀ, ਸਿਆਲਕੋਟ ਬਾਰਡਰ ਦੇ ਨੇੜੇ, ਜਿੱਥੇ ਮੈਂ ਜਦੋਂ ਭੈਣਾਂ ਦੇ ਕਾਫਲੇ ਵਿੱਚ ਬੈਠ ਕੇ ਔਰਤਾਂ ਦੇ ਇਸ਼ੂਜ਼ ਦੀ ਗੱਲ ਕੀਤੀ, ਅਤੇ ਉਹਨਾਂ ਨੇ ਕਿਹਾ ਸੀ ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਔਰਤ ਨੂੰ ਸਨਮੁੱਖ ਦੇਖ ਕੇ ਗੱਲ ਕੀਤੀ ਹੈ। ਮੈਨੂੰ ਲੱਗਿਆ ਆਲੇ ਦੁਆਲੇ ਬੜੀ ਤਰਾਸਦੀ ਹੈ, ਮੈਂ ਚੰਡੀਗੜ੍ਹ ਸ਼ਹਿਰ ਵਿੱਚ ਰਹਿੰਦੀ ਹਾਂ, ਪਿੰਡਾਂ ਅਤੇ ਦੂਰ ਦੁਰਾਡਿਆਂ 'ਚ ਐਡੀ ਗੁਰਪਤ ਵਿੱਚ ਸਾਡੀਆਂ ਭੈਣਾਂ ਜਿਉ ਰਹੀਆਂ ਨੇ, ਔਰ ਇਹ ਕਾਫਲਾ ਇੰਨਾ ਵੱਡਾ ਹੋ ਗਿਆ ਕਿ ਬੜੀ ਸਟਰੈਂਥ ਮਿਲੀ, ਮੈਂ ਲੋਕਲ ਵੀ ਆਪਣੀ ਜ਼ਿੰਮੇਵਾਰੀ ਨਿਭਾ ਪਾਈ ਅਤੇ ਬਾਹਰ ਦੇ ਵੀ। ਔਰ ਮੇਰੀ ਫੈਮਿਲੀ ਨੇ ਮੈਨੂੰ ਬਹੁਤ ਵੱਡੀ ਸਪੋਰਟ ਦਿੱਤੀ, ਕਿਉਂਕਿ ਮੇਰਾ ਮਿਸ਼ਨ, ਮੇਰਾ ਪੈਸ਼ਨ ਸੇਵਾ ਸੀ। ਮੈਂ ਇੱਕ ਚੀਜ਼ ਤੋਂ ਦੂਰ ਰਹੀ ਹਾਂ ਕਿ ਮੈਂ ਜ਼ਿੰਦਗੀ 'ਚ ਕੰਪਰੋਮਾਈਜ਼ ਨਹੀਂ ਕਰਨਾ ਔਰ ਮਾਇਆ ਵੱਲ ਨਹੀਂ ਜਾਣਾ। ਮੈਨੂੰ ਬੜੀਆਂ ਇਹੋ ਜਿਹੀਆਂ ਪ੍ਰਮੋਸ਼ਨ ਦੇ ਮੌਕੇ ਮਿਲੇ ਕਿ ਮੈਂ ਇਸ ਸੰਸਥਾ ਦਾ ਆਫਿਸ ਬਣਾਵਾਂ, ਇਸ ਦੀ ਬਿਲਡਿੰਗ ਬਣਾਵਾਂ, ਪਰ ਮੈਂ ਇੱਕੋ ਸਲੋਗਨ ਦਿੱਤਾ ਕਿ ਮੈਂ ਜ਼ਿੰਦਗੀ 'ਚ ਮੋਬਾਈਲ ਰਹਾਂਗੀ। ਜੇ ਮੈਂ ਸੰਸਥਾ ਜਾਂ ਬਿਲਡਿੰਗ ਦੇ ਚੱਕਰ 'ਚ ਪਾਵਾਂਗੀ ਤਾਂ ਸ਼ਾਇਦ ਮੇਰਾ ਮਿਸ਼ਨ ਪਿੱਛੇ ਰਹਿ ਜਾਏਗਾ। ਔਰ ਅੱਜ ਜ਼ਿੰਦਗੀ ਦਾ ਇੱਕੋ ਹੀ ਲਾਲਚ ਹੈ ਕਿ ਗੁਰੂ ਦੀ ਬਾਤ ਕਹਿਣ ਦੀ ਜਾਚ ਆਵੇ, ਔਰ ਸਿੱਖ ਇਤਿਹਾਸ ਦੀਆਂ ਉਹਨਾਂ ਸਿੰਗਣੀਆਂ ਨੂੰ ਦੁਹਰਾਉਣ ਦੀ ਬਾਤ ਸ਼ੁਰੂ ਹੋਵੇ, ਕਿਉਂਕਿ ਸਿੱਖ ਇਤਿਹਾਸ ਵਿੱਚ ਜੇ ਗੁਰੂ ਸਾਹਿਬ ਦੀ ਪਛਾਣ ਕੀਤੀ ਤਾਂ ਬੇਬੇ ਨਾਨਕੀ ਨੇ, ਅਤੇ ਜੇ ਮੋਸਟ ਚੈਲੇਂਜਿੰਗ ਟਾਈਮ 'ਤੇ ਪੰਥ ਨੂੰ ਨਵਾਂ ਮੋੜ ਦਿੱਤਾ ਤਾਂ ਮਾਤਾ ਭਾਗ ਕੌਰ ਨੇ, ਅਤੇ ਮਾਤਾ ਗੁਜਰੀ ਜੀ ਨੇ ਕਿਹੋ ਜਿਹੀਆਂ ਲੋਰੀਆਂ ਦਿੱਤੀਆਂ ਕਿ 7 ਅਤੇ 9 ਸਾਲ ਦੀ ਉਮਰ ਵਿੱਚ ਸਾਨੂੰ ਸਦਾ ਸਦਾ ਲਈ ਜਿਉਂਦੇ ਕਰਕੇ ਇੱਕ ਖਾਲਸਾਈ ਵਿਰਾਸਤ ਅਤੇ ਸਰਦਾਰੀ ਦਿੱਤੀ ਸਾਹਿਬਜ਼ਾਦਿਆਂ ਨੇ। ਬਸ ਅੱਜ ਸਮਾਂ ਮੰਗ ਕਰਦਾ ਕਿਤੇ ਕੋਈ ਬੇਬੇ ਨਾਨਕੀ ਪੈਦਾ ਹੋ ਜਾਏ, ਕਿਤੇ ਕੋਈ ਬੀਬੀ ਖੀਵੀ, ਮਾਤਾ ਖੀਵੀ ਪੈਦਾ ਹੋ ਜਾਏ, ਕਿਤੇ ਕੋਈ ਬੀਬੀ ਭਾਨੀ, ਕਿਤੇ ਕੋਈ ਮਾਤਾ ਗੰਗਾ ਕੌਰ, ਅਤੇ ਕਿਤੇ ਕੋਈ ਮਾਤਾ ਗੁਜਰੀ, ਮਾਤਾ ਭਾਗ ਕੌਰ, ਮਾਤਾ ਸਾਹਿਬ ਕੌਰ, ਮਾਤਾ ਮਹਾਰਾਣੀ ਸਦਾ ਕੌਰ ਵਰਗੀ, ਮਹਾਰਾਣੀ ਜਿੰਦ ਕੌਰ ਵਰਗੀ ਭੈਣ ਦਿਖ ਜਾਏ। ਇਸ ਲਾਲਚ ਨਾਲ ਤੁਰੇ ਹਾਂ ਕਾਫਲੇ ਵਿੱਚ। ਇੱਕ ਔਰਤ ਹੋਣ ਦੇ ਨਾਤੇ ਤੁਸੀਂ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਿਆ ਕਿ ਇਹ ਕੰਮ ਬਹੁਤ ਔਖਾ ਹੈ, ਜਾਂ ਇਸ ਚੀਜ਼ ਨੂੰ ਮੈਂ
ਕਿਸ ਤਰ੍ਹਾਂ ਅੰਜਾਮ ਦੇਣਾ ਹੈ ਤਾਂ ਜੋ ਮੈਂ ਸੁਪਨਾ ਵੇਖਿਆ ਹੈ ਉਹ ਸਾਕਾਰ ਹੋ ਸਕੇ। ਸ਼ਾਇਦ ਰਜੇਸ਼ਵਰ ਜੀ ਤੁਸੀਂ ਮੇਰੇ ਜਵਾਬ ਨਾਲ ਸਹਿਮਤ ਨਹੀਂ ਹੋਵੋਗੇ, ਕਿਉਂਕਿ ਆਮ ਤੌਰ 'ਤੇ ਕੋਈ ਭੈਣ ਕੋਈ ਬੀਬੀ ਇਹੋ ਜਿਹਾ ਜਵਾਬ ਨਹੀਂ ਦਿੰਦੀ। ਸੱਚੀ ਮੁੱਚੀ ਮੇਰੇ ਰਾਹ 'ਚ ਕੋਈ ਵੱਡੀ ਔਕੜ ਨਹੀਂ ਆਈ, ਉਸ ਦਾ ਕਾਰਨ ਸੀ ਮੇਰੇ ਸਿਰ ਦਾ ਪੱਲਾ, ਮੇਰੇ ਗੁਰੂ ਦੀ ਬਖਸ਼ਿਸ਼। ਕਿਸੇ ਨੇ ਮੈਨੂੰ ਧੀ ਕਰਕੇ ਵੇਖਿਆ, ਕਿਸੇ ਨੇ ਭੈਣ ਅਤੇ ਕਿਸੇ ਨੇ ਮਾਂ ਕਰਕੇ। ਮੇਰਾ ਅਕੀਦਾ ਮਜ਼ਬੂਤ ਸੀ। ਅਤੇ ਅੱਜ ਇੱਕ ਦਰਦ ਬਹੁਤ ਵੱਡਾ ਹੈ ਕਿ ਪੋਲੀਟੀਕਲ ਪੋਜੀਸ਼ਨ ਤੋਂ ਬਾਅਦ ਵੀ ਮੈਂ ਕਿੰਨੀਆਂ ਕੁ ਹੋਰ ਜੋਤਾਂ ਜਗਾ ਸਕੀ ਹਾਂ, ਕਿੰਨੀਆਂ ਕੁ ਹੋਰ ਵਿਮੈਨ ਨੂੰ ਐਮਪਾਵਰ ਕਰ ਸਕੀ ਹਾਂ। ਅੱਜ ਅਸੀਂ ਇਸੇ ਮਿਸ਼ਨ ਨੂੰ ਲੈ ਕੇ ਦੁਬਾਰਾ ਪੰਜਾਬ ਦੇ 22 ਜ਼ਿਲ੍ਹਿਆਂ 'ਚ ਮੂਵ ਕੀਤਾ ਹੈ। 22 ਫੈਬਰੀ ਨੂੰ ਅਸੀਂ ਸਿੱਖ ਹਿਸਟਰੀ ਕਾਨਫਰੰਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਰ ਰਹੇ ਹਾਂ। ਇੱਕੋ ਹੁੱਕਾ ਦੇ ਕੇ ਕਿ ਆਓ ਬਾਬਲ ਦੇ ਵਿਹੜੇ ਆਪਣੇ ਪੇਕੇ ਘਰ ਮੁੜ ਜੁੜੀਏ, ਅਤੇ ਆਓ ਉਹ ਸਿੱਖ ਹਿਸਟਰੀ ਸਭਾਵਾਂ ਜਿਹੜੀਆਂ ਕਿ ਹਰ ਹਫ਼ਤਾ ਕੀਰਤਨ ਵੀ ਕਰਦੀਆਂ ਨੇ, ਲੰਗਰ ਵੀ ਲਾਉਂਦੀਆਂ ਨੇ, ਸੁਖਮਨੀ ਸਾਹਿਬ ਦੇ ਪਾਠ ਵੀ ਕਰਦੀਆਂ ਨੇ, ਕੀ ਉਹ ਸਰਬੱਤ ਦੇ ਭਲੇ ਨੂੰ ਸਮਰਪਿਤ ਨੇ ਜੀ? ਕੀ ਉਹ ਜੋ ਕੁਝ ਕਰ ਰਹੀਆਂ ਨੇ, ਕੀ ਉਹ ਸੋਸ਼ਲੀ ਐਂਡ ਇਕਨੋਮਿਕਲੀ ਸਮਾਜ ਦੀਆਂ ਬਾਕੀ ਔਰਤਾਂ ਨੂੰ ਕਲਾ ਵਿੱਚ ਲੈਣ ਦੀ ਗੱਲ ਕਰ ਰਹੀਆਂ ਨੇ? ਕਿਉਂਕਿ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਇਹ ਸੀ, ਸਿੱਖ ਪੰਥ ਜੁੜੇ ਇੱਕ ਮਿਸ਼ਨ ਦੇ ਨਾਲ, ਪਰ ਉਸ ਦੀ ਸੇਵਾ ਸਰਬੱਤ ਦੇ ਲਈ ਹੋਵੇ, ਉਹ ਸਭ ਨੂੰ ਇੱਕ ਨਜ਼ਰ ਨਾਲ ਦੇਖਦਿਆਂ ਹੋਇਆਂ ਇਹ ਸੇਵਾ ਕਰੇ। ਅਤੇ 22 ਫੈਬਰੀ ਦਾ ਜਿਹੜਾ ਸੈਸ਼ਨ ਹੈ ਸਾਡਾ, ਉਹ ਇਸੇ ਲਈ ਕੋਰਸ ਦੇ ਕਾਫਲੇ ਨੂੰ ਲੋਕਲ, ਸਟੇਟ, ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ 'ਤੇ ਮੁਖਾਤਿਬ ਹੋਵੇਗਾ, ਵੈਬਸਾਈਟ ਰਾਹੀਂ ਵੀ, ਅਦਰਵਾਈਜ਼ ਵੀ, ਜਿਹਦੇ ਵਿੱਚ ਅਸੀਂ ਮਾਈਕਰੋ ਕ੍ਰੈਡਿਟਿੰਗ ਦੀ ਗੱਲ ਕਰਾਂਗੇ, ਕੋਰਸ ਦੀ ਕੋਆਪਰੇਟਿਵ ਬੈਂਕਿੰਗ ਦੀ ਗੱਲ ਕਰਾਂਗੇ, ਜਿਹਦੇ ਵਿੱਚ ਸੋਸ਼ਲ ਪ੍ਰੋਜੈਕਟਸ ਦੀ ਗੱਲ ਕਰਾਂਗੇ ਕਿ ਇਹੀ ਗੁਰੂ ਘਰ ਦੇ ਵਿੱਚ ਭੈਣਾਂ ਬੈਠ ਕੇ ਹਫ਼ਤਾਵਾਰੀ ਕੀਰਤਨ ਬੇਸ਼ੱਕ ਕਰਨ, ਪਰ ਕਿੰਨਾ ਵਾਜਬ ਹੋਵੇ ਕਿ ਜਿਹੜੇ ਮਿਸ਼ਟਾਨ ਪ੍ਰਸ਼ਾਦ ਉਹ ਬਾਹਰੋਂ ਲੈਂਦੀਆਂ ਨੇ, ਉਹ ਕੋਈ ਲੋੜਵੰਦ ਭੈਣ ਆਪਣੀ ਰਸੋਈ ਵਿੱਚ ਉਸ ਨੂੰ ਲੰਗਰ ਬਣਾ ਕੇ ਲੈ ਕੇ ਆਵੇ, ਅਤੇ ਉਸ ਦੇ ਕੋਲੋਂ ਖਰੀਦ ਕੇ ਲਈਏ, ਉਸ ਨੂੰ ਇਕਨੋਮਿਕਲੀ ਇੰਪਾਵਰ ਕਰੀਏ, ਹਫ਼ਤਾਵਾਰੀ ਸੰਗਤ 'ਤੇ ਕਰੀਏ, ਪਰ ਨਾਲ ਬਾਹਰ ਇੱਕ ਆਊਟਲੈਟ ਇਹੋ ਜਿਹਾ ਹੋਵੇ ਜਿੱਥੇ ਕੋਈ ਵੀ ਭੈਣ ਕੋਈ ਹਾਊਸਹੋਲਡ ਆਈਟਮ ਬਣਾਏ, ਕੋਈ ਸਿਲਾਈ ਕਰੇ, ਕੋਈ ਬੁਣਾਈ ਕਰੇ, ਕੋਈ ਕੱਪੜੇ ਸਿਉਵੇਂ, ਕੁਝ ਵੀ ਕਰੇ। ਅਸੀਂ ਇਹ ਮਿਸ਼ਨ ਰੱਖੀਏ ਕਿ ਕਿਸੇ ਇੱਕ ਭੈਣ ਨੂੰ ਇੰਪਾਵਰ ਕਰਨਾ, ਅਸੀਂ ਉਹਦੇ ਕੋਲੋਂ ਸਮਾਨ ਖਰੀਦਣਾ, ਛੋਟੀਆਂ ਛੋਟੀਆਂ ਐਫਰਟਸ। ਗੁਜਰਾਤ ਵਿੱਚ ਇਹ ਮਾਡਲ ਸੇਵਾ ਨਾਮ ਦੀ ਸੰਸਥਾ ਤੁਸੀਂ ਸੁਣਿਆ ਹੋਵੇਗਾ, ਕੀਲਾ ਭੱਟ ਜੀ ਨੇ ਲੱਖਾਂ ਦੀ ਗਿਣਤੀ ਵਿੱਚ ਔਰਤਾਂ ਨੂੰ ਜੋੜ ਲਿਆ, ਅਤੇ ਅਸੀਂ ਤਾਂ ਧੁਰੋਂ ਜੁੜੇ ਆਏ ਹਾਂ। ਗੁਰੂ ਸਾਹਿਬ ਨੇ ਕੋਰਸ ਦੀ ਇੱਕ ਇਕੁਐਲਿਟੀ ਸਾਨੂੰ ਦੇ ਕੇ, ਅਸੀਂ ਗਲੋਬ 'ਤੇ ਇਕੱਠੀਆਂ ਹੋ ਕੇ ਆਪਣੇ ਇਤਿਹਾਸ, ਸੁਨਹਿਰੀ ਇਤਿਹਾਸ ਨੂੰ ਸੁਰਜੀਤ ਕਰਨ ਵੱਲ ਕਿਉਂ ਨਹੀਂ ਤਰ ਸਕਦੀਆਂ? ਕਿਉਂ ਨਹੀਂ ਭਵਿੱਖ ਦੀ ਔਰਤ ਨੂੰ ਅਸੀਂ ਲਿਬਰੇਸ਼ਨ ਮੂਵਮੈਂਟ ਦਾ ਸਿੰਬਲ ਬਣ ਕੇ ਉਹ ਸਵੈਮਾਣ ਜਗਾ ਸਕਦੀਆਂ ਜੋ ਮਾਤਾ ਭਾਗ ਕੌਰ ਨੇ ਕਦੀ ਜਗਾਇਆ ਸੀ ਭਟਕਿਆਂ ਹੋਇਆਂ ਦਾ? ਐਂਡ ਆਈ ਐਮ ਸ਼ਿਓਰ ਅਸਲ ਦੇ ਵਿੱਚ ਗਲਤੀਆਂ ਅਣਜਾਣ ਹੋਈਆਂ ਹੁੰਦੀਆਂ ਨੇ। ਜੇ ਅਸੀਂ ਅੱਜ ਮੰਨ ਲਈਏ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਕਿ ਅੱਜ ਪਤਿਤ ਪੁਨੇ ਦੀ ਲਹਿਰ ਹੈ, ਅੱਜ ਨਸ਼ਿਆਂ ਦੀ ਬਾਤ ਹੈ, ਸਮਾਂ ਮੰਗ ਕਰਦਾ ਕਿ ਬੱਚਿਆਂ ਨੂੰ ਕਲਾ ਵਿੱਚ ਲੈ ਕੇ ਉਹਨਾਂ ਦੀ ਕਰੀਅਰ ਕਾਉਂਸਲਿੰਗ ਵੀ ਕਰੀਏ, ਗੁਰੂ ਘਰ ਦੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੇਵਲ ਕੀਰਤਨ ਦਰਬਾਰ ਨਾ ਕਰੀਏ, ਆਪਣੇ ਬੱਚਿਆਂ ਨੂੰ ਕਬੂਲੇ ਆਓ ਆ ਕੇ ਉਹਨਾਂ ਨੂੰ ਕਰੀਅਰ ਕਾਉਂਸਲਿੰਗ ਦਈਏ, ਅਸੀਂ ਪ੍ਰੀ ਮੈਰਿਜ ਕਾਉਂਸਲਿੰਗ ਕਰੀਏ। ਅਸੀਂ ਆਨੰਦ ਕਾਰਜ ਕਰਦੇ ਹਾਂ, ਪਰ ਸਿੱਖ ਘਰ ਦੇ ਵਿੱਚ ਤਲਾਕ ਦੀ ਕਦੇ ਗੱਲ ਹੀ ਨਹੀਂ ਸੀ, ਅੱਜ ਸਿੱਖ ਘਰ ਦੇ ਪਰਿਵਾਰ ਟੁੱਟ ਰਹੇ ਨੇ। ਕਿਉਂ ਟੁੱਟ ਰਹੇ ਨੇ? ਕਿਉਂਕਿ ਅਸੀਂ ਇੱਕ ਵਿਆਹ ਦੇ ਲਈ ਬੜੇ ਸਾਰੇ ਇੰਤਜ਼ਾਮ ਕਰਦੇ ਹਾਂ, ਸਾਲੋ ਸਾਲ ਤਿਆਰੀਆਂ ਕਰਦੇ ਹਾਂ, ਕੱਪੜੇ, ਗਹਿਣੇ, ਕੇਟਰਿੰਗ, ਪੈਲਸ, ਸਭ ਕੁਛ, ਪਰ ਜਿਸ ਕਾਰਜ ਲਈ ਜੁੜਨਾ, ਆਨੰਦ ਕਾਰਜ ਲਈ, ਕਦੀ ਕਿਸੇ ਨੇ ਨਹੀਂ ਕਿਹਾ ਇਹ ਚਾਰ ਲਾਵਾਂ ਬਹਿ ਕੇ ਬੱਚੇ ਬੱਚੇ ਨੂੰ ਸਮਝਾ ਲਿਆ ਜਾ ਜੀ। ਔਰ ਮੈਂ ਦਾਅਵੇ ਨਾਲ ਆਖਦੀ ਹਾਂ ਕਿ ਜਿਸ ਦਿਨ ਅੱਜ ਦੇ ਬੱਚੇ, ਐਜੂਕੇਟਡ ਬੱਚੇ, ਗੁਰਬਾਣੀ ਦੀ ਇਸ ਜੀਵਨ ਜਾਂਚ ਨੂੰ ਦੇਖਣਗੇ, ਸੁਣਨਗੇ, ਸਮਝਣਗੇ, ਡੈਫੀਨੇਟਲੀ ਉਹ ਭਵਿੱਖ ਦੇ ਖਾਲਸੇ ਹੋਣੇ ਬਣਨਗੇ। ਜਿਨ੍ਹਾਂ ਬੱਚਿਆਂ ਦਾ ਪਿਤਾ ਸਰਬੰਸਦਾਨੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਣ, ਜਿਨ੍ਹਾਂ ਨੇ ਸਾਨੂੰ ਐਸਾ ਰੂਪ ਦੇ ਨਾਲ ਨਾਲ ਐਸਾ ਇੱਕ ਜਲਵਾ ਬਖਸ਼ਿਆ ਹੈ ਕਿ ਅਸੀਂ ਲੱਖਾਂ ਵਿੱਚ ਪਛਾਣੇ ਜਾਂਦੇ ਹਾਂ, ਸਿਰਫ ਸਿੰਘ ਹੀ ਨਹੀਂ ਕੌਰ ਵੀ। ਅਤੇ ਕਿਉਂ ਨਾ ਅਸੀਂ ਉਹਨਾਂ ਰਾਹਾਂ 'ਤੇ, ਉਹਨਾਂ ਉਪਦੇਸ਼ਾਂ 'ਤੇ, ਉਹਨਾਂ ਲੈਸਨਸ 'ਤੇ ਤੁਰੀਏ, ਵਿਚਾਰੀਏ ਕਿ ਸਾਨੂੰ ਇਹ ਜੀਵਨ ਕੀ ਸਿਰਫ ਪੈਦਾ ਹੋਏ ਹਾਂ, ਖਾਣਾ ਪੀਣਾ ਹੈ, ਮਾਡਰਨ ਵਰਲਡ ਵਿੱਚ ਹਾਂ, ਘੁੰਮਣਾ ਫਿਰਨਾ ਹੈ, ਜੀ ਠੀਕ ਹੈ ਕਰੋ, ਜਿੱਥੇ ਤਾਈਂ ਸੀਮਤ ਦਾਇਰੇ ਵਿੱਚ ਰਹਿ ਕੇ, ਪਰ ਇਹ ਨਹੀਂ ਕਿ ਆਪਣਾ ਵਿਰਸਾ ਹੀ ਭੁੱਲ ਜਾਈਏ। ਬਹੁਤ ਕੁਛ ਕਾਰਜ
ਪੰਥ ਵਿੱਚ ਹੋ ਰਹੇ ਨੇ, ਬੀਬੀ ਹਰਜਿੰਦਰ ਕੌਰ ਜੀ ਵਰਗੀਆਂ ਬੀਬੀਆਂ ਜਿਨ੍ਹਾਂ ਕਮਰਕਸੇ ਨੇ, ਇਤਨੀਆਂ ਐਕਟੀਵਿਟੀਜ਼ ਚੱਲ ਰਹੀਆਂ ਨੇ, ਫਿਰ ਜੇ ਅਸੀਂ ਕਹੀਏ ਕਿ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕਰੀਏ, ਨਾ, ਇਹ ਸੋਚ ਗਲਤ ਹੈ। ਅਸੀਂ ਢਹਿੰਦੀ ਕਲਾ ਦੀ ਗੱਲ ਕਦੀ ਕਰਨੀ ਹੀ ਨਹੀਂ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਬਣਾ ਦਿੱਤਾ ਹੈ, ਜੋ ਸਾਡੀ ਵੱਲ ਦੇਖਦਾ ਵੀ ਹੈ, ਦੇਖ ਕੇ ਹੀ ਚੜ੍ਹਦੀ ਕਲਾ ਆਉਂਦੀ ਹੈ, ਅਤੇ ਫਿਰ ਅਸੀਂ ਕਿਉਂ ਪਿੱਛੇ ਰਹਿ ਜਾਈਏ? ਕਿਉਂ ਸਾਡੀ ਆਉਣ ਵਾਲੀ ਪਨੀਰੀ ਪਤਿਤ ਪੁਣੇ ਵਿੱਚ ਜਾਵੇ? ਕਿਉਂ ਸਾਨੂੰ ਕਿਸੇ ਨਸ਼ੇ ਦਾ ਸੇਵਨ ਕਰਨਾ ਪਵੇ ਜਦ ਸਾਡੇ ਕੋਲ ਅੰਮ੍ਰਿਤ ਤਿਆਰ ਹੈ? ਅਤੇ ਹੁਣ, ਕਿਉਂਕਿ ਆਪ ਜੀ ਤੋਂ ਇਜਾਜ਼ਤ ਲੈਣ ਦਾ ਸਮਾਂ ਹੋ ਗਿਆ ਹੈ, ਗੱਲਾਂ ਤਾਂ ਬਹੁਤ ਕਰਨ ਵਾਲੀਆਂ ਨੇ, ਮੈਂ ਜਾਣ ਤੋਂ ਪਹਿਲਾਂ ਇੱਕ ਵਾਰੀ ਬੀਬੀ ਹਰਜਿੰਦਰ ਕੌਰ ਜੀ ਕੋਲ ਬੇਨਤੀ ਕਰੂੰਗੀ ਕਿ ਕੁਛ ਐਸਾ ਮੈਸੇਜ ਜੋ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ, ਬੀਬੀਆਂ ਨੂੰ ਖਾਸ ਕਰਕੇ ਦੇਣਾ ਚਾਹੋਗੇ? ਮੈਂ ਬੀਬੀਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਗੁਰੂ ਸਾਹਿਬ ਦੀ ਜੋ ਬਖਸ਼ਿਸ਼ ਹੈ ਸਾਨੂੰ 32 ਸੁਲੱਖਣੀ ਨਾਰ ਦੀ, ਅੱਜ ਦੇ ਗਲੈਮਰ ਵਰਲਡ ਦੇ ਵਿੱਚ ਜਿਹੜਾ ਬਿਊਟੀ ਪਾਰਲਰ ਗੁਰੂ ਸਾਹਿਬ ਨੇ ਸਾਨੂੰ ਦਿੱਤਾ, ਉਸ ਦੇ ਧਾਰਨੀ ਹੋ ਕੇ ਕੁਝ ਇਹੋ ਜਿਹਾ ਜੀਵਨ ਜਿਉਣ ਲੱਗੀਏ ਕਿ ਮਦਰ ਟੈਰੇਸਾ ਦੀਆਂ ਰਿੰਕਲਸ ਦੇ ਵਿੱਚ ਜੋ ਬਿਊਟੀ ਰਹੀ ਹੈ, ਉਹ ਬਿਊਟੀ ਤੁਹਾਡੇ ਘਰ ਵਿੱਚ ਹਰ ਸਿੰਘਣੀ ਦੇ ਜੀਵਨ ਵਿੱਚ ਹੋ ਸਕਦੀ ਹੈ, ਜੇ ਮੈਂ ਬਣ ਸਕਾਂ 32 ਸੁਲੱਖਣੀ ਸਤਸੰਤਤ ਪੂਤ, ਆਗਿਆਕਾਰੀ ਸੁਗੜ ਸਰੂਪ, ਇੱਛਪੁਰੇ ਮਨਕੰਤ ਸੁਆਮੀ, ਸਗਲ ਸੰਤੋਖੀ ਦੇਰ ਜਠਾਣੀ, ਸਭ ਪਰਵਾਰੇ ਮਾਏ ਸ੍ਰੇਸ਼ਟ, ਮੱਤੀ ਦੇਵੇ ਦੇਵਰ ਜੇਸ਼ਟ, ਧੰਨ ਸੋ ਗ੍ਰਹਿ ਜਿਤ ਪ੍ਰਗਟੇ ਆਏ, ਜਨ ਨਾਨਕ ਸੁੱਖੇ ਸੁੱਖ ਵਿਹਾਏ। ਜਦੋਂ ਗੁਰੂ ਘਰ ਦੀ ਨਾਰ 32 ਸੁਲੱਖਣੀ ਹੋਵੇਗੀ, ਤਾਂ ਸ਼ੀ ਇਜ਼ ਦਾ ਬੈਸਟ ਆਫ ਦਾ ਬੈਸਟ ਇਨ ਦਾ ਫੈਮਿਲੀ, ਇਨ ਦਾ ਸੁਸਾਇਟੀ ਐਂਡ ਓਵਰ ਦਾ ਗਲੋਬ। ਮੇਰੀ ਅਰਦਾਸ ਹੈ, ਮੇਰੀ ਦੁਆ ਹੈ, ਵਿਰਾਸਤ ਤੋਂ ਮਿਲੇ ਇਸ ਰੁਤਬੇ, ਕੌਰ ਸ਼ਹਿਜ਼ਾਦੀ ਦੇ ਰੁਤਬੇ ਨੂੰ ਆਓ ਜੀਵਨ ਵਿੱਚ ਲੈ ਕੇ ਤੁਰੀਏ। ਸ਼ਹਿਜ਼ਾਦੀਆਂ ਵਾਲਾ ਮਾਣ, ਸਤਿਕਾਰ ਅਤੇ ਜੀਵਨ ਲੈ ਕੇ ਅਸੀਂ ਗੁਰੂ ਸਾਹਿਬ ਦੀਆਂ ਲਾਡਲੀਆਂ ਧੀਆਂ ਬਣ, ਸਮਾਜ ਦਾ ਭਵਿੱਖ ਸਵਾਰ ਸਕੀਏ। ਅੱਜ ਸਮਾਜ ਵਿੱਚ ਜਿੰਨੀਆਂ ਅਲਾਮਤਾਂ ਨੇ, ਜੇ ਕੌਮ ਦੀ ਮਾਂ ਜਾਗ ਜਾਏ, ਅਤੇ ਆਖਦੇ ਨੇ ਜਿਸ ਕੌਮ ਦੀ ਮਾਂ ਸਤਪੁਰਖੀ ਹੋਵੇਗੀ, ਉਸ ਕੌਮ ਦੀ ਔਲਾਦ ਆਪੇ ਅਕਾਲ ਪੁਰਖੀ ਹੋ ਜਾਵੇਗੀ। ਸਾਡੀਆਂ ਕੁੱਲਾਂ ਤਰ ਜਾਣਗੀਆਂ, ਸਾਡੇ ਪਰਿਵਾਰਾਂ ਵਿੱਚ ਖੁਸ਼ੀਆਂ ਰਹਿਮਤਾਂ ਆ ਜਾਣਗੀਆਂ। ਮੈਂ ਬਹੁਤ ਧੰਨਵਾਦੀ ਹਾਂ ਰਾਜੇਸ਼ਵਰ ਕੌਰ ਜੀ, ਤੁਹਾਡੀ ਵੀ ਅਤੇ ਫਤਿਹ ਚੈਨਲ ਦੀ ਵੀ, ਜਿਨ੍ਹਾਂ ਦੇ ਰਾਹੀਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਾਲ ਸਾਂਝ ਪਾਉਣ ਦਾ ਮੌਕਾ ਮਿਲਿਆ। ਇਹ ਲਾਲਚ ਰਹੇਗਾ ਕਿ ਇਹ ਸੇਵਾ ਜੋ ਫਤਿਹ ਚੈਨਲ ਨੇ ਆਰੰਭੀ ਹੈ, ਸਾਡੇ ਜੀਵਨ ਦਾ ਪੈਸ਼ਨ ਅਤੇ ਮਿਸ਼ਨ ਬਣ ਜਾਵੇ, ਅਤੇ ਸਾਡੇ ਲਈ ਗੁਰਮਤਿ ਸੇਧ ਬਣ ਕੇ ਸਾਡਾ ਜੀਵਨ ਨਿਖਾਰ ਜਾਵੇ। ਬਹੁਤ ਧੰਨਵਾਦ। ਇਹ ਬੜੇ ਹੀ ਕੀਮਤੀ ਵਿਚਾਰ ਆਪ ਜੀ ਸੁਣ ਰਹੇ ਸੋ ਬੀਬੀ ਹਰਜਿੰਦਰ ਕੌਰ ਜੀ ਪਾਸੋਂ, ਜੋ ਅੱਜ ਆਪਣੇ ਰੁਝੇਵਿਆਂ ਵਿੱਚੋਂ, ਆਪਣੇ ਬੜੇ ਹੀ ਬਿਜ਼ੀ ਸਕੈਡਿਊਲਸ ਵਿੱਚੋਂ ਟਾਈਮ ਕੱਢ ਕੇ ਅੱਜ ਚੰਡੀਗੜ੍ਹ ਤੋਂ ਇੱਥੇ ਆਏ ਅਤੇ ਉਹਨਾਂ ਇਹ ਸਮਾਂ ਬਖਸ਼ਿਆ ਹੈ, ਉਸ ਲਈ ਤਹਿ ਦਿਲੋਂ ਧੰਨਵਾਦੀ ਹਾਂ। ਵਿਚਾਰ ਇਹਨਾਂ ਦੇ ਆਪਣੇ, ਖਿਆਲ ਇਹਨਾਂ ਦੇ ਆਪਣੇ, ਜੀਵਨ ਇਹਨਾਂ ਦਾ, ਪਰ ਸੇਧ ਸਭਨਾਂ ਨੇ ਲੈਣੀ ਹੈ। ਜੋ ਚੰਗਾ ਲੱਗਿਆ ਹੋਵੇ ਉਸਨੂੰ ਹਿਰਦੇ ਵਿੱਚ ਵਸਾਓ ਔਰ ਪ੍ਰੈਕਟੀਕਲੀ ਉਹਨੂੰ ਆਪਣੇ 'ਤੇ ਲਾਗੂ ਕਰੋ, ਅਤੇ ਜੋ ਨਾ ਚੰਗਾ ਲੱਗਾ ਹੋਵੇ ਬੇਸ਼ੱਕ ਉਸਨੂੰ ਜ਼ਹਿਨ ਵਿੱਚੋਂ ਮਿਟਾ ਦੇਣਾ। ਭੁੱਲਾਂ ਗਲਤੀਆਂ ਦੀ ਖਿਮਾ ਲੈਂਦੇ ਹੋਏ ਇਜਾਜ਼ਤ ਦਿਓ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।